बॉलीवुड दे इंडस्ट्री च हिंदी फिल्म ਦੇ ਨਾਲ ਜੈਬੂ ਕਰਨ ਵਾਲੀ ਪਾਕਿਸਤਾਨੀ ਐਕਟਰ ਸਬਾ ਕਮਰ ਦੇ ਖਿਲਾਫ ਪਾਕਿਸਤਾਨ ਦੀ ਕੋਰਟ ਨੇ ਅਰੇਸਟ ਵਾਰੰਟ ਜਾਰੀ ਕੀਤਾ ਹੈ ਪਰ ਕੋਰਟ ਨੇ ਅਰੇਸਟ ਵਾਰੰਟ ਕਿਉਂ ਜਾਰੀ ਕੀਤਾ ਇਸ ਦੇ ਪਿੱਛੇ ਕੀ ਕਾਰਨ ਆ ਉਹ ਤੁਹਾਨੂੰ ਦੱਸ ਦਿੰਨੇ ਆ ਦਰਅਸਲ ਲਾਹੌਰ ਦੇ ਇੱਕ ਇਤਿਹਾਸਿਕ ਹਿਸਟੋਰੀਕਲ ਔਥੈਂਟਿਕ ਮਸਜਿਦ ਦੇ ਉਹਦੇ ਵਿੱਚ ਇੱਕ ਡਾਂਸ ਵੀਡੀਓ ਸ਼ੂਟ ਕੀਤਾ ਗਿਆ ਸੀ ਇਹ ਵੀਡੀਓ ਐਕਟਰ ਸਬਾ ਕਮਰ ਤੇ ਬਿਲਾਲ ਸਈਅਦ ਤੇ ਫਿਲਮਾਇਆ ਗਿਆ ਸੀ ਜਿਸ ਦੇ ਚੱਲਦਿਆ ਪਾਕਿਸਤਾਨੀ ਪੁਲਿਸ ਵੱਲੋਂ ਸਬਾ ਕਮਰ ਤੇ ਬਿਲਾਲ ਦੇ ਖਿਲਾਫ ਪਾਕਿਸਤਾਨ ਪੰਜਾਬੀ ਪੈਨਲ ਕੋਡ ਦੇ ਤਾਰਾ 295 ਦੇ ਤਹਿਤ ਕੇਸ ਦਰਜ ਕੀਤਾ ਗਿਆ ਐਕਟਰ ਸਬਾ ਕਮਰ ਤੇ ਸਿੰਗਰ ਬਿਲਾਲ ਸૈયਦ ਦੇ ਉੱਪਰ ਮਸਜਿਦ ਚ ਡਾਂਸ ਵੀਡੀਓ ਨੂੰ ਸ਼ੂਟ ਕਰ ਅਪਵਿੱਤਰ ਕਰਨ ਦਾ ਆਰੋਪ ਲੱਗਾ ਹੈ ਜਿਸ ਨੂੰ ਲੈ ਕੇ ਪਹਿਲਾਂ ਵੀ ਕਾਫੀ ਵਿਵਾਦ ਹੋ ਚੁੱਕੇ ਨੇ ਜਿਸ ਦੇ ਚੱਲਦੇ ਆ ਪਾਕਿਸਤਾਨ ਪੰਜਾਬ ਸਰਕਾਰ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਡਿਸਮਿਸ ਵੀ ਕੀਤਾ ਗਿਆ ਸੀ ਇਸ ਕੰਟਰੋਵਰਸੀ ਦੇ ਚੱਲਦੇ ਆ ਐਕਟਰ ਸਬਾ ਵੱਲੋਂ ਇਸ ਤੇ ਸਫਾਈ ਵੀ ਦਿੱਤੀ ਗਈ ਸੀ ਐਕਟਰ ਸਬਾ ਕਮਰ ਤੇ ਸਿੰਗਰ ਬਿਲਾਲ ਸૈયਦ ਵੱਲੋਂ ਇਸ ਡਾਂਸ ਵੀਡੀਓ ਲਈ ਲਾਈਵ ਹੋ ਕੇ ਪਿਛਲੇ ਸਾਲ ਮਾਫੀ ਵੀ ਮੰਗੀ ਗਈ ਸੀ ਸਭਾ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਇਹ ਇੱਕ ਮੈਰਿਜ ਸੀਨ ਵਾਲਾ 뮤ਜ਼ਿਕ ਵੀਡੀਓ ਸੀ ਇਸ song ਨੂੰ shoot ਕਰਦੇ time ਨਾ ਤਾਂ ਕੋਈ playback music ਦਾ ਇਸਤੇਮਾਲ ਕੀਤਾ ਗਿਆ ਸੀ ਨਾ ਹੀ music track edit ਕੀਤਾ ਗਿਆ ਸੀ ਹਾਨੂ ਦੱਸ ਦਈਏ ਸਬਾ ਬਾਲੀਵੁੱਡ ਮੂਵੀਜ਼ 'ਚ ਵੀ ਕੰਮ ਕਰ ਚੁੱਕੀ ਆ ਸਬਾ ਕਮਰ ਹਿੰਦੀ ਮੀਡੀਅਮ 'ਚ ਮਰਹੂਮ ਐਕਟਰ ਇਰਫਾਨ ਖਾਨ ਦੇ ਆਪੋਜ਼ਿਟ ਨਜ਼ਰ ਆਈ ਸੀ ਸਬਾ ਕਮਰ ਪਾਕਿਸਤਾਨ ਦੀ ਪੌਪੂਲਰ ਐਕਟ੍ਰੈਸ ਹੈ ਉਥੇ ਸਬਾ ਕਮਰ ਕਈ ਫਿਲਮਾਂ ਦੇ ਨਾਲ ਦੇ ਨਾਲ ਕਈ ਟੀਵੀ ਸ਼ੋਜ਼ ਦੇ ਵਿੱਚ ਵੀ ਕੰਮ ਕਰ ਚੁੱਕੀ ਆ ਪਰ ਇਸ ਟਾਈਮ ਤੇ ਸਬਾ ਦੀਆਂ ਮੁਸ਼ਕਿਲਾਂ ਆਉਣ ਵਾਲੇ ਟਾਈਮ ਦੇ ਵਿੱਚ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ